ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤਹੁ। ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਜਾਮ ਹਨੀਫ ਅਤੇ ਤੁਸੀਂ ਸਾਡੇ ਦੇ ਪਿਓ ਯੂਟਿਊਬ ਚੈਨਲ ਹਨੀਫ ਪ੍ਰੋਡਕਸ਼ਨ। ਦੋਸਤੋ, ਅੱਜ ਮੈਂ ਆਪਣੇ ਚੈਨਲ ਦੀ ਕਿਉਂ ਇੰਨੇ ਵੀਡੀਓ ਗਿਣ ਅਤੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਥਿਆਂ ਅਤੇ ਮੇਰੇ ਜਿਹੜੇ ਕਮੈਂਟ ਹਨ ਆਪਣੇ ਚੈਨਲ ਦੇ ਉੱਤੇ, ਤਾਂ ਉਹ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਇਹ ਵੀਡੀਓ ਦੇ ਵਿੱਚ ਐਡ ਕਰਨੇ। ਤਾਂ ਇਹ ਤੋਂ ਪਹਿਲੇ ਜਿਹੜੇ ਦੋਸਤਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਭ ਤੋਂ ਪਹਿਲੇ ਸਬਸਕ੍ਰਾਈਬ ਕਰ ਸੋ, ਲਾਈਕ ਵੀ ਕਰੇ ਸੋ ਅਤੇ ਆਪਣੇ ਸਵਾਲਾਂ ਦੇ ਜਵਾਬ ਵੀ ਜ਼ਰੂਰ ਸੁਣ ਸੋ। ਤਾਂ ਦੋਸਤੋ, ਤਾਂ ਮੈਂ ਪਹਿਲਾ ਕਮੈਂਟ ਐਡ ਕਰੇ ਸਾਂ, ਉਹ ਕਮੈਂਟ ਸਹੀ ਸਰਾਇਕੀ ਵਸੇਬ ਚੈਨਲ ਦਾ, ਤਾਂ ਉਹ ਲਿਖਦੇ ਨੇ ਸਹੀ। ਅਤੇ ਬਈ ਗੱਲ ਦੋਸਤੋ, ਮੈਂ ਕਦੇ ਦੂਜਾ ਮੋਬਾਈਲ ਕਹਿਣੀ, ਕਿਉਂਕਿ ਮੈਂ ਲਿਖਿਆ ਕਾਗਜ਼ ਦੇ ਉੱਤੇ ਕਮੈਂਟ ਐਡ ਕੀਤਾ ਅਤੇ ਵਾਲਾ ਉੱਥੋਂ ਪਰ ਤੁਹਾਨੂੰ ਸੁਣਵਾਉਣਾ ਪਿਆ। ਸਰਾਇਕੀ ਵਸੇਬ ਲਿਖਦੇ ਨੇ, ਅਸਲਾਮੁ ਅਲੈਕੁਮ, ਹਮਾਰਾ ਆਪਸੇ ਸਵਾਲ ਇਹ ਹੈ ਕਿ ਆਪ ਇੱਕ ਅੱਛਾ ਯੂਟਿਊਬਰ ਬਣਨੇ ਕੇ ਬਾਅਦ ਕਿਆ ਕਰੇਂਗੇ। ਤੋ ਸਭ ਤੋਂ ਪਹਿਲੇ ਵਾਲੇਕੁਮ ਸਲਾਮ ਸਰਾਇਕੀ ਵਸੇਬ। ਸੁਣੋ ਸਹੀ, ਮੇਰੀ ਤਾਂ ਦੁਆ ਕਰੋ ਕਿ ਮੈਂ ਇੱਕ ਅੱਛਾ ਯੂਟਿਊਬਰ ਬਣ ਵਾਂ। ਫਿਲਹਾਲ ਹਾਂ ਤਾਂ ਕਹਿਣਾ, ਤੁਹਾਡੀਆਂ ਦੁਆਈਂ ਦੇ ਸਦਕੇ ਔਰ ਤੁਹਾਡੀ ਸਪੋਰਟ ਚਾਹੀਏ ਸਾਕੂੰ। ਤੁਹਾਡਾ ਤੁਸੀਂ ਸਪੋਰਟ ਕਰੇ ਸੋ ਸਾਰੇ ਦੋਸਤ, ਤਾਂ ਇਨਸ਼ਾਅੱਲਾ ਅੱਛੇ ਯੂਟਿਊਬਰ ਵੀ ਅਸਾਂ ਬਣਵੇਂ ਸੂੰ। ਤਾਂ ਮੇਰੀ ਕੋਸ਼ਿਸ਼ ਇਹ ਕਿ ਅੱਲਾ ਸਹੀ ਬਣਾਵੇਂ ਸਹੀ ਅੱਛਾ ਯੂਟਿਊਬਰ ਸਾਕੂੰ। ਤਾਂ ਮੈਂ ਇਹੋ ਕੁਝ ਜ਼ਿਆਦਾ ਤੁਹਾਨੂੰ ਇਹੋ ਕੁਝ ਆਖਣਾ ਚਾਹੁੰਦਾ ਕਿ ਮੈਂ ਇੱਕ ਇਤਨੀ ਤੁਹਾਨੂੰ ਪਿਆਰ ਦੇਵਾਂ ਕਿ ਤੁਸੀਂ ਮੇਰੇ ਨਾਲ ਇਵੇਂ ਜੁੜੇ ਰਹੇ ਵਜੋ ਜਿਵੇਂ ਹੂੰ, ਤਾਂ ਕਿ ਦੋਸਤਾਂ ਨੂੰ ਇੰਝ ਇੰਝ ਸ਼ਾਈ ਗਿਣ ਕਰੀ ਖਾਲਾਂ ਮੈਂ ਨਵੀਆਂ ਨਵੀਆਂ ਸ਼ਾਈ, ਤਾਂ ਉਹ ਮੇਰੇ ਨਾਲ ਇਵੇਂ ਪਿਆਰ ਕਰਨ ਜਿਵੇਂ ਹੁਣ ਚੱਲਦਾ ਪਏ। ਤਾਂ ਬਿਆ ਕਮੈਂਟ ਸਹੀ ਦੂਜਾ ਦਰਵੇਸ਼ ਖਾਨ ਸਾਹਿਬ, ਦਰਵੇਸ਼ ਖਾਨ ਉਹ ਲਿਖਦੇ ਨੇ, ਉਮਦਾ ਵਾਹ ਸਹੀ ਕਿਤਨੇ ਚਲਨ ਚੈਨਲ ਹਨ ਅਦਾ। ਅਤੇ ਦਰਵੇਸ਼ ਖਾਨ ਸਾਹਿਬ, ਮੇਰੇ ਦੋ ਚੈਨਲ ਹਨ, ਹਨੀਫ ਪ੍ਰੋਡਕਸ਼ਨ ਅਤੇ ਦੂਜਾ ਜਾਮ ਹਨੀਫ, ਉਹਦੇ ਉੱਤੇ ਮੈਂ ਫਨੀ ਵੀਡੀਓ ਵੀ ਅਪਲੋਡ ਕਰਦਾ ਰਹਿਣਾ। ਤਾਂ ਤੀਜਾ ਕਮੈਂਟ ਸਹੀ ਸਟਰਾਂਗ ਲਵਰ, ਉਹ ਲਿਖਦੇ ਨੇ, ਯੇ ਸਰੈਕੀ ਮੈਂ ਕੋਈ ਟੇਪ ਕਰ ਸਕਤੇ ਹੈ ਕਿਆ, ਅਗਰ ਕਰ ਸਕਤੇ ਹੈ ਤੋ ਮੁਝੇ ਚਾਹੀਏ ਥਾ ਪਹਿਲੇ ਵਾਲਾ ਡੋਲਾ। ਜੀ ਸਹੀ, ਸਰੈਕੀ ਟੇਪ ਕਰ ਸਕਦੇ ਹੈ, ਲੇਕਿਨ ਅਤੇ ਅਸਾਂ ਇਤਨੀ ਮਹਿਸੂਸ ਰਹੇ ਨੂੰ ਅਤੇ ਥੋੜ੍ਹਾ ਟਾਈਮ ਘੱਟ ਹੈ। ਅਗਰ ਤੁਸੀਂ ਬੁਲਾ ਵੀ ਚਾਹੁੰਦੋ ਤਾਂ ਮੇਰੇ ਵਟਸਐਪ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਖੜ੍ਹੇ, ਉੱਥਾਂ ਆ ਅਤੇ ਤੁਸੀਂ ਆਪਣਾ ਇਹ ਡੋਲਾ ਲਿਖਵਾ ਸਕਦੋ, ਮੈਂ ਤੁਹਾਨੂੰ ਲਿਖ ਰਹੇ ਸਾਂ। ਤਾਂ ਬਿਆ ਕਮੈਂਟ ਹੈ ਚੌਥਾ ਸਹੀ ਕਿਰਨ ਮਾਲ, ਕਿਰਨ ਮਾਲ, ਅਵ ਸਮ ਲਵ ਯੂਅਰ ਟੈਲੈਂਟ ਬਰਾਦਰ, ਗ੍ਰੇਟ ਪਲੇ ਐਂਡ ਸਵੀਟ ਸਿੰਗਿੰਗ ਸੌਂਗ, ਬਿਗ ਥੰਬਸ ਅਪ। ਕਿਉਂਕਿ ਕਿਰਨ ਮਾਲ ਹਮ ਉਰਦੂ ਤਾਂ ਸਾਕੂ ਡਾਂ ਵੀ ਕਹਿਣੀ ਆਉਂਦੀ, ਇਤਨਾ ਘੱਟ ਪੜ੍ਹਿਆ ਹੂੰ ਇੰਗਲਿਸ਼ ਕਿਆ ਡਾਂ ਉਸੇ ਸਾਕੂ। ਤਾਂ ਬਹਰਹਾਲ ਤੁਸੀਂ ਸਾਕੂ ਦਾਤ ਦਿੱਤੀ ਹੈ, ਅਵ ਸਮ ਲਵ ਯੂਅਰ ਟੈਲੈਂਟ ਬਰਾਦਰ, ਉਹਦਨ ਤੁਹਾਡਾ ਟੈਲੈਂਟ ਵੀ ਅੱਛਾ ਹੈ ਬਰਾਦਰ, ਅਤੇ ਗ੍ਰੇਟ ਪਲੇ ਐਂਡ ਸਵੀਟ ਸਿੰਗਿੰਗ ਸੌਂਗ, ਜਿਹੜਾ ਤੁਸੀਂ ਅਜ਼ੀਮ ਕਿਰਦਾਰ ਅਦਾ ਕੀਤਾ ਇਸ ਸੌਂਗ ਦੇ ਵਿੱਚ, ਉਹ ਬਹੁਤ ਸਾਕੂ ਅੱਛਾ ਲੱਗੇ, ਤਾਂ ਤੁਹਾਨੂੰ ਅਸਾਂ ਲਾਈਕ ਦੇਣੇ। ਤਾਂ ਤੁਹਾਡੀ ਮਿਹਰਬਾਨੀ, ਲੇਕਿਨ ਅਗਰ ਇਹਦੇ ਵਿੱਚ ਕੋਈ ਮਿਸਟੇਕ ਥਈ ਹੋਵੇ ਤਾਂ ਮਾਦਰਤ, ਕਿਉਂਕਿ ਅਸਾਂ ਢੇਰ ਪੜ੍ਹੇ ਹੋਏ ਕਹਿਣੀ। ਤਾਂ ਬਿਆ ਕਮੈਂਟ ਹੈ ਹੁਸੈਨ ਅਮਦਾਨੀ ਦਾ, ਉਹ ਲਿਖਦੇ ਨੇ, ਜਾਮ ਸਾਹਿਬ ਖੈਰ ਹੋਵੀ, ਸੋਹਣੇ ਲੋਕ ਰੰਗ ਬਿਰੰਗੇ ਸੂਟ ਪਾ ਅਤੇ ਜਲਵਾ ਅਫਰੋਜ਼ ਥੀਂਦੇ ਨੇ, ਉਹ ਵੇਲੇ ਦੀ ਮੰਜ਼ਰਕਸ਼ੀ ਕਰੋ, ਸਜਾਦ ਅਹਿਮਦ ਜਾਨ ਸਾਊਦੀ ਅਰਬ। ਜਾਂ ਹੁਸੈਨ ਅਮਦਾਨੀ ਸਾਹਿਬ, ਤੁਹਾਡੀ ਗੱਲ ਠੀਕ ਹੈ ਸਹੀ, ਸੋਹਣੇ ਲੋਕ ਰੰਗ ਬਿਰੰਗੇ ਸੂਟ ਪਾ ਅਤੇ ਜਲਵਾ ਅਫਰੋਜ਼ ਥੀਂਦੇ ਨੇ, ਇਨਸ਼ਾਅੱਲਾ ਉਹ ਵੀ ਤੁਹਾਨੂੰ ਜ਼ਰੂਰ ਅਸਾਂ ਮੰਜ਼ਰਕਸ਼ੀ ਦਿਖ ਲੈ ਸੂੰ ਤਾਂ ਇਹਦਾ ਨੈਕਸਟ ਵੀਡੀਓ ਦੇ ਵਿੱਚ। ਤਾਂ ਬਿਆ ਕਮੈਂਟ ਸਹੀ ਲਰਨਿੰਗ ਟਾਈਮ ਆਨਲਾਈਨ, ਉਹ ਲਿਖਦੇ ਨੇ, ਹਨੀਫ ਬਰੋ ਵੈਰੀ ਨਾਈਸ ਵਰਕਿੰਗ, ਸ਼ੁਕਰੀਆ ਭਾਈਜਾਨ, ਲਰਨਿੰਗ ਟਾਈਮ ਆਨਲਾਈਨ ਦੇ ਓਨਰ ਸਾਹਿਬ, ਸ਼ੁਕਰੀਆ ਮੋਹਤਰਮ, ਸ਼ੁਕਰੀਆ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਸਹੀ, ਤੁਸੀਂ ਸਾਨੂੰ ਦਾਤ ਦਿੱਤੀ ਹੈ ਕਿ ਤੁਸੀਂ ਕੰਮ ਅੱਛਾ ਕਰਨ ਦੇ ਪਿਓ, ਮਿਹਰਬਾਨੀ ਸਹੀ। ਬਿਆ ਕਮੈਂਟ ਐਡ ਕਰਨੇ ਆ ਸਹੀ ਦੋਸਤੋ, ਸੱਤਵਾਂ ਕਮੈਂਟ ਐਡ ਕਰਨ ਦੇ ਪਏ, ਮੁਹੰਮਦ ਸ਼ਾਹਿਦ ਸ਼ਿਰਾਜ਼ੀ, ਉਹ ਲਿਖਦੇ ਨੇ, ਜਾਮ ਸਾਹਿਬ ਤੇਰੇ ਪਾਰੋਂ ਆਪਕਾ ਚੈਨਲ ਕੋ ਅਨਸਬਸਕ੍ਰਾਈਬ ਕਰਨਾ ਪੜੇਗਾ। ਦੇਖੋ ਸਹੀ, ਮੈਂ ਬਿਆ ਤਾਂ ਕੁਝ ਨਹੀਂ ਆਖ ਸਕਦਾ, ਮੁਹੰਮਦ ਸ਼ਾਹਿਦ ਸ਼ਿਰਾਜ਼ੀ ਸਾਹਿਬ, ਤੁਹਾਨੂੰ ਅਗਰ ਸਾਡੀਆਂ ਵੀਡੀਓ ਅੱਛਾ ਨਹੀਂ ਲੱਗਦੀਆਂ ਤਾਂ ਤੁਸੀਂ ਬਿਲਾ ਸ਼ੱਕ ਅਨਸਬਸਕ੍ਰਾਈਬ ਕਰ ਜਾਓ, ਤੁਸੀਂ ਸਾਡੀਆਂ ਵੀਡੀਓ ਨਾ ਦੇਦੇ ਰਹੋ। ਤਾਂ ਬਿਆ ਕਮੈਂਟ ਸਹੀ ਅੱਠਵਾਂ ਕਮੈਂਟ, ਸਰਾਇਕੀ ਪ੍ਰੋਡਕਸ਼ਨ ਸਾਡਾ ਆਪਣਾ ਚੈਨਲ, ਉਹ ਲਿਖਦੇ ਨੇ ਸਹੀ, ਤੁਸੀਂ ਉਹਨਾਂ ਦਾ ਨਾਂ ਗਿੰਦੋ ਜਿਹੜਾ ਤੁਹਾਡਾ ਜ਼ਿਆਦਾ ਅਜ਼ੀਜ਼ ਹੈ, ਉਹ ਮੇਰਾ ਸਹੀ, ਮੇਰਾ ਮੋਹਤਰਮ, ਅਸਾਂ ਉਹਨਾਂ ਦਾ ਨਾਂ ਨਹੀਂ ਗਿੰਦੇ ਜਿਹੜੇ ਤੁਸੀਂ ਸਾਰਿਆਂ ਨਾਲ ਮੈਂ ਪਿਆਰ ਕਰਨਾ, ਤੁਸੀਂ ਸਾਰੇ ਵਿਊਵਰ ਨਾਲ ਜਿਹੜੇ ਵੀ ਮੈਂ ਕੁੜੇ ਦੇ ਪੈਣ, ਤਾਂ ਤੁਹਾਡੇ ਮੁਹੱਬਤਾਂ ਤੁਸੀਂ ਆਉਂਦੋ ਕਮੈਂਟ ਕਰੇ ਦਿਓ, ਤਾਂ ਤੁਸੀਂ ਕਮੈਂਟ 'ਚ ਲਿਖਿਆ ਕਰੋ ਤੁਹਾਡਾ ਨਾਂ ਐਡ ਜ਼ਰੂਰ ਥੀ ਸੀ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ। ਬਿਆ ਕਮੈਂਟ ਹੈ ਨਵਾਂ ਕਮੈਂਟ ਸਹੀ ਸ਼ਹਬਾਜ਼ ਕੁਲਾਚੀ, ਉਹ ਲਿਖਦੇ ਨੇ, ਅੱਲਾ ਪਾਕ ਆਪਕੋ ਸਲਾਮਤ ਰੱਖੇ, ਸਾਡਾ ਕਲਾਮ ਪੜ੍ਹਸੋ, ਸ਼ਾਇਰ ਸ਼ਹਬਾਜ਼ ਕੁਲਾਚੀ, ਇਹ ਸਾਡਾ ਨੰਬਰ ਹੈ। ਜੀ ਜ਼ਰੂਰ ਸ਼ਹਬਾਜ਼ ਕੁਲਾਚੀ ਸਾਹਿਬ, ਇਨਸ਼ਾਅੱਲਾ ਮੇਰਾ ਵਟਸਐਪ ਨੰਬਰ ਖੜ੍ਹੇ ਹੋਏ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਉਹਦੇ ਉੱਤੇ ਆ ਅਤੇ ਮੈਸੇਜ ਕਰੇ ਸੋ, ਇਨਸ਼ਾਅੱਲਾ ਆਪਣਾ ਕਲਾਮ ਦੇਸੋ, ਜ਼ਰੂਰ ਐਡ ਕਰੇ ਸੂੰ। ਸੋਹਣਾ ਸਹੀ ਦਹਵਾਂ ਕਮੈਂਟ ਸਹੀ ਰਾਸ਼ਦ ਅਬਾਸੀ, ਨਈਸ ਭਾਈਜਾਨ ਆਪਣਾ ਮੋਬਾਈਲ ਨੰਬਰ ਸੈਂਡ ਕਰੋ,
ਰਾਸ਼ਦ ਅਬਾਸੀ ਸਾਹਿਬ, ਮੇਰਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਮੌਜੂਦ ਹੈ, ਤੁਸੀਂ ਉੱਥੋਂ ਆ ਅਤੇ ਸਾਡੇ ਵਟਸਐਪ ਨੰਬਰ 'ਤੇ ਸਾਡੇ ਨਾਲ ਰਾਬਤਾ ਕਰ ਸਕਦੇ ਵੇ। ਤਾਂ ਯਾਰਵਾਂ ਕਮੈਂਟ ਸਹੀ ਸ਼ਹਿਜ਼ਾਦ ਅਸਲਮ ਉਹ ਲਿਖਦੇ ਹਨ ਫੇਕ ਚੈਨਲ ਜੀ। ਮੋਹਤਰਮ, ਮੈਂ ਵਿਆਹ ਤੋਂ ਕੁਝ ਨਹੀਂ ਆਖ ਸਕਦਾ, ਇਹੋ ਕੁਝ ਆਖ ਸਾਂ। ਅਗਰ ਤੁਹਾਨੂੰ ਫੇਕ ਚੈਨਲ ਲੱਗਦੇ ਤਾਂ ਮਿਹਰਬਾਨੀ ਕਰਕੇ ਤੁਸੀਂ ਅਨਸਬਸਕ੍ਰਾਈਬ ਕਰ ਸਕਦੇ ਹੋ ਸਾਡਾ ਚੈਨਲ। ਠੀਕ ਹੈ ਦੋਸਤੋ, ਕਿਉਂਕਿ ਮੈਂ ਬਾਹਾਂ 'ਤੇ ਜਲੀ ਬੈਠਾ, ਬਾਹਵੀਂ ਮੇਰੀ ਥੱਕੀ ਵਧੀ ਹੈ, ਤਾਂ ਕਮੈਂਟ ਵੀ ਦੋ ਚਾਰ ਬੱਚੇ ਵਧਣ। ਤਾਂ ਵਿਆਹ ਕਮੈਂਟ ਹੈ ਦਿਲ ਵਾਲਾ, ਉਹ ਲਿਖਦੇ ਹਨ ਅਖਤਰ ਆਨਲ ਭਾਈ, ਕਭੀ ਪਰਦੇਸ ਕਾ ਵੀ ਗਾਣਾ ਸੁਣਾ ਦੋ ਹਮਾਰੀ ਫਰਮਾਇਸ਼ ਪਰ। ਜੀ ਦਿਲਵਾਲਾ ਸਾਹਿਬ, ਮੈਂ ਕਾਫੀ ਸਾਰੇ ਗੀਤ ਆਪਣੇ ਚੈਨਲ 'ਤੇ ਅਪਲੋਡ ਵੀ ਕੀਤੇ ਹਨ ਪਰਦੇਸ ਦੇਵਾਲ ਨਾਲ, ਤਾਂ ਇਨਸ਼ਾਅੱਲਾ ਨੈਕਸਟ ਵੀਡੀਓ ਤੁਸੀਂ ਦੇਖਦੇ ਰਹੇ ਸੋ ਸਾਡੀਆਂ, ਉਹਦੇ ਉੱਤੇ ਮੈਂ ਪਰਦੇਸ ਦੇਵਾਲ ਨਾਲ ਤੁਹਾਨੂੰ ਜ਼ਰੂਰ ਸੁਣਵੇ ਸਾਂ। ਤਾਂ ਵਿਆਹ ਕਮੈਂਟ ਸਹੀ ਮੁਹੰਮਦ ਇਬਲ ਇਜਾਜ਼ ਰਾਵਲ, ਬਗੈਰ ਸਾਜ਼ ਕੇ ਡੋੜੇ ਇਜਾਜ਼ ਕੇ ਜ਼ਬਾਨੀ। ਜੀ ਮੁਹੰਮਦ ਇਬਲ ਸਾਹਿਬ, ਕਿਉਂਕਿ ਇਜਾਜ਼ ਰਾਵਲ ਸਾਹਿਬ ਦਾ ਕਲਾਮ ਪੜ੍ਹਿਆ ਹੋਇਆ ਕਲਾਮ ਮੇਰੇ ਚੈਨਲ ਦੇ ਉੱਤੇ ਬਹੁਤ ਸਾਰਾ ਅਪਲੋਡ ਹੈ, ਤੁਸੀਂ ਉਹ ਸੁਣ ਸਕਦੇ ਹੋ। ਲਿਹਾਜ਼ਾ ਅਗਰ ਤੁਹਾਨੂੰ ਵਿਆਹ ਵੀਡੀਓ ਚਾਹੀਦੀਆਂ ਇਜਾਜ਼ ਰਾਵਲ ਸਾਹਿਬ ਜਾਂ ਬਗੈਰ ਸਾਜ਼ ਦੇ ਜਾਂ ਸਾਜ਼ ਦੇ ਨਾਲ, ਤਾਂ ਤੁਸੀਂ ਹੀ ਵੀਡੀਓ ਦੇ ਕਮੈਂਟ ਸਕੋ ਜ਼ਰੂਰ ਦੱਸੇ ਸੋ, ਤਾਂ ਕਿ ਅਸਾਂ ਵਾਲਾ ਤੁਹਾਨੂੰ ਸੁਣਵਾ ਸਕੂੰ। ਤਾਂ ਮੈਂ ਆਖਰੀ ਕਮੈਂਟ ਐਡ ਕਰਿਆ ਸਾਂ ਸਹੀ ਪੀ ਪੀ ਟੀ ਵੀ ਪਾਕ, ਉਹ ਲਿਖਦੇ ਹਨ ਪਲੀਜ਼ ਸੈਂਡ ਮੀ ਨੰਬਰ। ਜੀ ਪੀ ਪੀ ਟੀ ਵੀ ਪਾਕ ਦੇ ਓਨਰ ਸਾਹਿਬ, ਮੈਂ ਆਪਣਾ ਨੰਬਰ ਡਿਸਕ੍ਰਿਪਸ਼ਨ ਦੇ ਦਿੱਤਾ, ਤੁਸੀਂ ਉੱਥੋਂ ਆਉਣ 'ਤੇ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਤਾਂ ਦੋਸਤੋ, ਬਾਕੀ ਜਿਹੜੇ ਕਮੈਂਟ ਮੈਂਡੋ ਰਹਿ ਗਏ ਹੋਣ, ਕਿਉਂਕਿ ਕਮੈਂਟ ਢੇਰ ਸਾਰੇ ਹਨ, ਮੈਂ ਨਹੀਂ ਐਡ ਕਰ ਸਕਦਾ ਪਿਆ, ਤਾਂ ਵੀਡੀਓ ਬਹੁਤ ਲੰਬੀ ਥੀ ਨਹੀਂ ਪਈ ਹੈ, ਤਾਂ ਮਾਜ਼ਰਤ ਹੀ ਕਮੈਂਟ ਹੀ ਵੀਡੀਓ ਦੀ ਕਮੈਂਟ ਦੇ ਵਿੱਚ ਆਪਣਾ ਉਹ ਕਮੈਂਟ ਤੁਸੀਂ ਸਵਾਲ ਦੱਸੇ ਸੋ, ਤਾਂ ਕਿ ਮੈਂ ਅਗਲੀ 20 ਵੀਡੀਓ ਕਿਉਂ ਇਹਨੇ ਗਿਣ 'ਤੇ ਤੁਹਾਡੀ ਖਿਦਮਤ 'ਚ ਹਾਜ਼ਰ ਥੀ ਸਾਂ, ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਸਾਂ। ਦੋਸਤੋ, ਅਗਰ ਸਾਡੀ ਵੀਡੀਓ ਅੱਛੀ ਲੱਗੇ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਸੋ, ਅਤੇ ਕਮੈਂਟ 'ਚ ਰਾਏ ਜ਼ਰੂਰ ਦੱਸੋ, ਤਾਂ ਆਪਣਾ ਜਿਹੜਾ ਸਵਾਲ ਹੋਵੇ ਹੀ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਜ਼ਰੂਰ ਦੱਸੋ, ਇਨਸ਼ਾਅੱਲਾ ਬਹੁਤ ਜਲਦ ਕਿਉਂ ਇਹਨੇ ਵੀਡੀਓ ਗਿਣ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਥੀਸੂੰ। ਤਾਂ ਹੁਣ ਇਜਾਜ਼ਤ ਗਿੰਦੇ, ਵਸਲਾਮ।